ਇੱਕੋ ਹੀ ਪਿੰਡ ਦੇ ਵਿੱਚ ਇੱਕੋ ਵੇਲੇ ਤਿੰਨ ਸਿਵੇ ਬਲੇ ਨੇ। ਇਸ ਦਰਦਨਾਕ ਹਾਦਸੇ ਦੇ ਕਾਰਨ ਪਿੰਡ ਦੇ ਵਿੱਚ ਮਾਤਮ ਛਾ ਗਿਆ। ਦੱਸ ਦਈਏ ਕਿ ਇਹ ਲੋਕ ਕੰਬਾਈਨ ਤੇ ਗਏ ਹੋਏ ਸੀ ਦੂਸਰੇ ਸੂਬੇ ਦੇ ਵਿੱਚ ਕਣਕ ਵੱਢਣ, ਤਾਂ ਉੱਥੇ ਦਰਦਨਾਕ ਹਾਦਸਾ ਹੋ ਗਿਆ। ਮਰਨ ਵਾਲਿਆਂ ਦੇ ਵਿੱਚ ਪਿਓ ਪੁੱਤ ਸ਼ਾਮਲ ਨੇ ਔਰ ਤੀਸਰਾ ਉਹ ਨੌਜਵਾਨ ਹੈ ਜਿਸ ਦਾ ਵਿਆਹ 1.25 ਸਾਲ ਪਹਿਲਾਂ ਹੋਇਆ ਸੀ ਔਰ ਉਹ 1.5 ਮਹੀਨੇ ਦੇ ਬੱਚੇ ਦਾ ਪਿਤਾ ਹੈ ਜਿਸ ਦੀ ਦਰਦਨਾਕ ਮੌਤ ਹੋ ਗਈ। ਤਸਵੀਰਾਂ ਕਰਨਾਲ ਦੇ ਪਿੰਡ ਸ਼ਾਮਗੜ੍ਹ ਤੋਂ ਸਾਹਮਣੇ ਆਈਆਂ ਨੇ। ਮੱਧ ਪ੍ਰਦੇਸ਼ ਦੇ ਜਬਲਪੁਰ ਦੇ ਵਿੱਚ ਇੱਕ ਹਾਦਸਾ ਹੋਇਆ ਜਿਸ ਦੇ ਵਿੱਚ ਇਹਨਾਂ ਤਿੰਨੇ ਜਾਣਿਆਂ ਦੀ ਮੌਤ ਹੋ ਗਈ। ਹਾੜੀ ਦੇ ਸੀਜ਼ਨ ਮੌਕੇ ਇਹ ਲੋਕ ਦੂਸਰੇ ਰਾਜਾਂ ਦੇ ਵਿੱਚ ਕਣਕ ਵੱਢਣ ਜਾਂਦੇ ਨੇ ਔਰ ਉੱਥੇ ਕਈ ਵਾਰ ਹਾਦਸੇ ਹੋ ਜਾਂਦੇ ਨੇ, ਕਈਆਂ ਦੀ ਜਾਨ 'ਤੇ ਭਾਰੀ ਵੀ ਪੈ ਜਾਂਦਾ। ਤਾਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਉਸ ਪਰਿਵਾਰ ਦੀਆਂ ਜਿਨ੍ਹਾਂ ਦੇ ਪਰਿਵਾਰਕ ਮੈਂਬਰ ਇਸ ਦੁਨੀਆ ਦੇ ਵਿੱਚ ਨਹੀਂ ਰਹੇ। ਤਾਂ ਉਹ ਲੜਕਾ ਜਿਸ ਦਾ ਵਿਆਹ 1.25 ਸਾਲ ਪਹਿਲਾਂ ਹੋਇਆ ਸੀ, 1.5 ਮਹੀਨੇ ਦੇ ਬੱਚੇ ਦਾ ਪਿਤਾ ਸੀ, ਕੰਬਾਈਨ 'ਤੇ ਗਿਆ ਅਤੇ ਵਾਪਸ ਨਹੀਂ ਆਇਆ। ਵਾਪਸ ਪਰਤਿਆ ਤਾਂ ਉਸਦੀ ਲਾਸ਼। ਤਾਂ ਮੱਧ ਪ੍ਰਦੇਸ਼ ਦੇ ਜਬਲਪੁਰ ਦੇ ਵਿੱਚ ਇਹ ਦਰਦਨਾਕ ਹਾਦਸਾ ਹੋਇਆ। ਤਸਵੀਰਾਂ ਹਰਿਆਣਾ ਦੇ ਕਰਨਾਲ ਦੇ ਸ਼ਾਮਗੜ੍ਹ ਦੀਆਂ ਨੇ ਜਿੱਥੇ ਇੱਕੋ ਵੇਲੇ ਤਿੰਨ ਸਿਵੇ ਬਲੇ ਨੇ। ਉਹ ਮਾਤਾ ਸਵੇਰੇ 6:30 ਵਜੇ ਕਿ ਡੈਡੀ ਵੈਸੇ ਤੇ ਮਸ਼ੀਨ ਪਰ ਗਈ ਹੈ ਔਰ ਵਹਾਂ ਪਰ ਵੀ ਹਾਦਸਾ ਹੋ ਗਿਆ। ਉਸ ਤੇ ਕੁਛ ਸਮੇਂ ਬਾਅਦ 9:30 ਵਜੇ ਦੀ ਬਾਤ ਜੀ, ਫਿਰ ਫੋਨ ਆਇਆ ਗੁੜੀਆ ਕਿ ਬਈ ਅਜੇ ਬਈ ਆਇਸ਼ਕਾ ਜੋ ਨਾਮ ਆ ਜਾਇਆ ਉਸਦੀ ਡੈਥ ਹੋ ਗਈ, ਡੈਡੀ ਬਚ ਗਏ ਹੈ। ਫਿਰ ਹਮ ਉਧਰ ਸੇ ਚਲੇ ਹੈ ਯਹਾਂ ਸੇ, ਫਿਰ ਹਮ ਜਬਲਪੁਰ ਜੋ ਸ਼ਹਿਰ ਪੜਤਾ ਹੈ ਐਮਪੀ ਕਾ, ਮੱਧ ਪ੍ਰਦੇਸ਼ ਮੇ, ਤੋ ਵਹਾਂ ਪਰ ਡਿਸਟ੍ਰਿਕਟ ਹੈ ਜਬਲਪੁਰ, ਵਹਾਂ ਪੇ ਗੌਰਮੈਂਟ ਨਹਿਰੂ ਸੁਭਾਸ ਚੰਦਰ ਜੋ ਮੈਡੀਕਲ ਕਾਲਜ ਹੋਸਪਿਟਲ ਹੈ ਉਸਮੇ ਜਾ ਕੇ ਪਤਾ ਚਲਤਾ ਕਿ ਇਸਕੇ ਡੈਡੀ ਵੀ ਐਕਸਪਾਇਰ ਹੋ ਚੁੱਕੇ ਹੈ। ਵਹਾਂ ਸੇ ਫਿਰ ਜੋ ਇਸਕੇ ਭਈਆ ਔਰ ਇੱਕ ਡੈਡ ਬੋਡੀ ਹੋਈ ਸੀ ਉਹ ਵਹਾਂ ਸੇ 70+ ਲਗਾਏ ਤੋ ਕਿਲੋਮੀਟਰ ਸੇ, ਤੋ ਵਹਾਂ ਪਰ ਉਸਕੀ ਡੈਡ ਬੋਡੀ ਵਹਾਂ ਪਰ ਪੜੀ ਸੀ ਔਰ ਇਸਕੀ ਡੈਡੀ ਕੀ ਨਹਿਰ ਉਸਮੇ ਸੁਭਾਸ ਜੋ ਸੁਭਾਸ ਨਾਮ ਸੀ ਜੋ ਹੋਸਪਿਟਲ ਮੈਡੀਕਲ, ਤੋ ਉਸਮੇ ਡੈਡ ਬੋਡੀ ਇਸਕੀ ਵਹਾਂ ਪਰ ਥੀ, ਤੋ ਵਹਾਂ ਪਰ ਮੈਂ ਵਹਾਂ ਪਰ ਹੋ ਗਿਆ ਔਰ ਇਸਕੇ ਜੋ ਮਾਮਾ ਜੀ ਹੈ ਉਹ ਵਹਾਂ ਪਰ ਉਸਕੋ ਲੈਣੇ ਕੇ ਲਈ ਚਲੇ ਗਏ ਹੈ। ਤੋ ਮੁਝੇ ਤੋ ਇਹ ਜਾਣਕਾਰੀ ਮਿਲੀ ਔਰ ਜਾਣਕਾਰੀ ਕੇ ਅਨੁਸਾਰ ਇਹ ਹੈ ਜੀ ਵਹਾਂ ਪਰ ਪਤਾ ਚੱਲ ਗਿਆ ਚਾਰ ਆਦਮੀ ਥੇ ਇਸਮੇ ਜੋ ਮੌਜੂਦਾ ਥੇ, ਜੋ ਮੌਜੂਦਾ ਥੀ ਇੱਕ ਐਮ ਪੀ ਕਾ ਰਹਿਣੇ ਵਾਲਾ ਥਾ ਉਸਕਾ ਪਿੰਡ ਮੁਝੇ ਯਾਦ ਨਹੀਂ ਹੈ, ਬਟ ਤਿੰਨ ਸ਼ਾਮਗੜ ਕੇ ਥੇ, ਇੱਕ ਦੂਸਰੇ ਮੁਹੱਲੇ ਕਾ ਔਰ ਦੋ ਯੇ ਹੈ ਜੋ ਉਸਕਾ ਲੜਕਾ ਅਜੇ ਨਾਮ ਹੈ ਜਿਸਕਾ ਡੈਡੀ ਕਾ ਸੁਖਬੀਰ ਹੈ। ਤੋ ਪੁਲ ਸੇ ਗਿਰੀ ਥੀ? ਹਾਂਜੀ ਪੁਲ ਸੇ ਗਿਰੀ ਹੈ। ਹਾਂ ਤੋ 15 ਫੀਟ ਤਕਰੀਬਨ ਜੋ ਨਿਊ ਅਭੀ 2 ਜਾਂ 3 ਮੰਥ ਪਹਿਲੇ ਮਤਲਬ ਬਣਾਈ ਗਈ ਹੈ, ਨਿਊ ਬਣਾਈ ਹੈ, ਬਾਈਪਾਸ ਨਹੀਂ ਹੈ, ਮਤਲਬ ਕਿ ਛੋਟੀ ਖੇਤੋਂ ਮੈਂ ਪੁਲ ਬਣਾ ਦਿੱਤਾ ਜੈਸੇ ਕੁਛ ਵੀ, ਤੋ ਉਸ ਪੇ ਸੇ ਪੂਰੇ ਪੂਰੇ ਮਤਲਬ ਸਾਈਜ਼ ਬਣਾ ਹੁਆ ਥਾ ਹਾਰਵੈਸਟਰ, ਜੈਸੇ 15 ਫੀਟ ਜਾਂ 10 ਫੀਟ ਕੇ ਅਨੁਸਾਰ ਲਗਾ ਲੀਜੀ। ਤੋ ਵਹਾਂ ਪਰ ਜਬ ਨਿਕਾਲਨੇ ਲਗੇ ਉਸਕੋ ਪਤਾ ਹਮਕੋ ਯੇ ਜਾਣਕਾਰੀ ਮਿਲੀ ਉਸਸੇ ਕਿ ਪਿੱਛੇ ਯੇ ਕਿਸੇ ਨੇ ਇਨਕੋ ਟੱਕਰ ਮਾਰੀ ਹੈ, ਤਬ ਯੇ ਉਧਰ ਸੇ ਜੋ ਆਗੇ ਵਾਲਾ ਟਾਇਰ ਹੈ ਪੁਲਿਸ ਨੀਚੇ ਚਲਾ ਗਿਆ ਔਰ ਨੀਚੇ ਜਾਣੇ ਕੇ ਬਾਅਦ ਜਬ ਪਹਿਲੇ ਯੇ ਗਿਰ ਚੁੱਕੇ ਹੈ ਉੱਪਰ ਸੇ ਕੰਬਾਈਨ ਗਿਰ ਚੁੱਕੇ ਹੈ ਇਨਕੇ। ਹਾਂਜੀ ਔਰ ਇਸਕੇ ਡੈਡੀ ਹੈ ਜੋ ਤੀਨ ਤੋਂ ਇੱਕ ਤੋਂ ਜੋ ਲੜਕਾ ਵਹਾਂ ਕਾ ਥਾ ਉਹ ਤਾਂ ਟੈਂਕ ਮੇਂ ਫਸ ਚੁੱਕਾ ਹੈ ਔਰ ਦੋ ਉਸਕੇ ਨੀਚੇ ਜੋ ਅਜੇ ਹੈ ਇੱਕ ਲੜਕਾ ਔਰ ਸਾਮਗੜ ਕਾ ਹੈ ਉਹ ਨੀਚੇ ਦਬੇ ਹੋਏ ਸੀ। ਇਸਕੇ ਡੈਡੀ ਥੋੜ੍ਹਾ ਅਲਗ ਸੇ ਗਿਰ ਗਿਆ, ਉਸਕੀ ਟਾਂਗ ਹਾਰਵੈਸਟਰ ਜੋ ਉੱਪਰ ਸੇ ਪੌੜੀ ਵਗੈਰਾ ਟਾਇਰ ਕਾ ਜੋ ਰਸ ਹੋਤਾ ਉਸਮੇਂ ਆ ਗਿਆ, ਉਸਕੀ ਇੱਕ ਟਾਂਗ ਕੱਟ ਚੁੱਕੀ ਸੀ। ਉਹ ਸਭ ਤੋਂ ਰਾਤ ਕੋ ਬੇਹੋਸ਼ ਹੋ ਗਿਆ, ਤਕਰੀਬਨ 9 ਵਜੇ ਐਕਸੀਡੈਂਟ ਹੋਇਆ
ਤੋ ਸਵੇਰੇ ਕੋਈ ਵਹਾਂ ਪਰ ਜੈਸੇ ਗਾਏ ਜਾਂ ਭੈਂਸ ਚ ਸਿਰ ਲਗਾਉਣਾ ਜੁੜ ਜਾਤਾ ਜੈਸੇ ਕਿ ਤੋ ਵਹਾਂ ਪਰ ਉਹਨੇ ਦੇਖਾ ਕਿ ਵੀ ਯਾਰ ਹਾਰਵੈਸਟਰ ਪਲਟਿਆ ਦੇਖਾ ਕਿ ਵਹਾਂ ਪਰ ਆਦਮੀ ਪੜਾ ਹਾਂਜੀ ਜੋ ਆਦਮੀ ਪੜਾ ਥਾ ਉਹ ਮੇਰਾ ਸਾਰਾ ਸੁਪਨੇ ਨਾਮ ਉਸਕਾ ਤੋ ਉਸਕੇ ਬਾਅਦ ਜੋ ਉਠਾਇਆ ਉਹਨੇ ਬੇਹੋਸ ਪੜਾ ਥਾ ਪਾਣੀ ਪੀਣ ਵਾਲਾ ਫਿਰ ਉਹਨੇ ਵਹਾਂ ਪਰ ਫੋਨ ਕੀਆ ਪੁਲਿਸ ਵਾਲਾ ਬਾਬੂ ਆਏ ਉਹਨੇ ਹਰ ਕਰੇਨ ਮਾਰ ਮਸ਼ੀਨ ਦੇਖੀ ਹੈ ਉਸਨੇ ਨਿਕਾਲਣਾ ਤੋ ਉਸਸੇ ਬਿਆਨ ਲੀ ਗਏ ਬਿਆਨ ਲੈਣੇ ਕਾਰਨ ਉਸਨੇ ਬਤਾਇਆ ਕਿ ਮੈਂ ਲਟਕਾ ਹੈ ਵਹਾਂ ਪਰ ਉਹਨਾਂ ਹੋਰ ਵੀ ਜੋ ਨਾਮ ਹੈ ਤੋ ਕੁੰਦਨਪੁਰ ਕੁਛ ਐਸੇ ਹੀ ਨਾਮ ਹੈ ਸ਼ਹਿਰ ਦੇ ਜਹਾਂ ਪਰ ਪਲਟੇ ਆਖਰੀ ਵਾਰ ਕਬ ਬਾਤਚੀਤ ਹੋਈ ਸੀ ਬਾਰ ਨਾਲ ਬਾਤ ਹੋਈ ਸੀ ਜੀ ਚਾਰ ਵਜੇ ਫੋਨ ਆਇਆ ਤਾ ਰਾਜ ਖੁਸ਼ੀ ਕੀ ਬਾਤ ਹੋਈ ਸੀ ਉਸ ਤੋਂ ਬਾਅਦ ਨੀ ਆਇਆ ਚਾਰ ਵਜੇ ਬਾਤ ਹੋਈ ਸੀ ਜੀ ਉਸ ਤੋਂ ਬਾਅਦ ਤੋਂ ਨਾ ਫੋਨ ਮਿਲੇ ਨਾ ਉਹਨੂੰ ਬਾਤ ਕਰੀ ਕੁਛ ਨੀ ਕਰਾ ਜੀ ਮੱਧ ਪ੍ਰਦੇਸ਼ ਗਏ ਹੋਏ ਥੇ ਕਿਤਨੇ ਵਕਤ ਪਹਿਲੇ ਗਏ ਥੇ ਜੀ ਇੱਕ ਮਹੀਨੇ ਪਹਿਲੇ ਗਏ ਥੇ 19 ਤਾਰੀਖ ਕੋ ਕਿਤਨਾ ਵਕਤ ਹੋਇਆ ਸ਼ਾਦੀ ਕੋ ਅਭੀ 10 ਮਹੀਨੇ ਹੋਏ ਬੱਚਾ ਕਿਤਨੇ ਮਹੀਨੇ ਕਾ ਇੱਕ ਮਹੀਨੇ ਕਾ